ਨਮਸਤੇ ਐਂਡ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡੀ ਹੋਸਟ ਤੇ ਦੋਸਤ ਮੋਨੀ ਗਿੱਲ ਸਤਿ ਸ਼੍ਰੀ ਅਕਾਲ ਨਮਸਕਾਰ ਅਸਲਾਮ ਵਾਲੇਕੁਮ ਮੈਂ ਹਾਂ ਕੁਲਦੀਪ ਗਿੱਲ ਤੇ ਤੁਸੀਂ ਦੇਖ ਰਹੇ ਹੋ ਜਸਟ ਚਿਲ ਵਿਦ ਮਿਸਟਰ ਐਂਡ ਮਿਸਿਸ ਸਾਦਗੀ ਗਿੱਲ ਵੈਲਕਮ ਸਾਦਗੀ ਗਿੱਲ ਸਤਿ ਸ਼੍ਰੀ ਅਕਾਲ ਮੈਂ ਸਾਦਗੀ ਗਿੱਲ ਲੋ ਜੀ ਬਹੁਤ ਟਾਈਮ ਬਾਅਦ ਸਾਦਗੀ ਗਿੱਲ ਤੁਹਾਡੇ ਸਾਰਿਆਂ ਨਾਲ ਰੂਬਰੂ ਹੋ ਰਹੇ ਨੇ ਅਫਕੋਰਸ ਜਿਹੜੇ ਵਿਊਅਰਸ ਸਾਡੇ ਨਵੇਂ ਵਿਊਅਰਸ ਨੇ ਉਹ ਸ਼ਾਇਦ ਨਹੀਂ ਜਾਣਦੇ ਸਾਦਗੀ ਗਿੱਲ ਸਾਡੀ ਬੇਟੀ ਹੈ ਸਾਡੀ ਡੋਟਰ ਹੈ ਔਰ ਅੱਜ ਦਾ ਜਿਹੜਾ ਟੋਪਿਕ ਹੈਗਾ ਉਹ ਅਸੀਂ ਕਾਲਜ ਐਜੂਕੇਸ਼ਨ ਜਾਂ ਡੋਮ ਕਹਿ ਸਕਦੇ ਹਾਂ ਜਾਂ ਪੂਰਾ ਐਜੂਕੇਸ਼ਨ ਸਿਸਟਮ ਹੈਗਾ ਜਿਹੜਾ ਉਹਦੇ ਬਾਰੇ ਗੱਲ ਕਰਾਂਗੇ ਕਾਲਜ ਦੀ ਬਿਗਿਨਿੰਗ ਈਅਰ ਕਿਉਂਕਿ ਹਾਲੇ ਤੱਕ ਅਸੀਂ ਉੱਥੇ ਤੱਕ ਹੀ ਪਹੁੰਚੇ ਐਜ਼ ਏ ਪੇਰੈਂਟ ਸਾਡੀ ਵੀ ਨਾਲ ਸਟੱਡੀ ਚੱਲ ਰਹੀ ਹੈ ਕਿਉਂਕਿ ਕੀ ਖਿਆਲ ਹੈ ਕੁਲਦੀਪ ਬਹੁਤ ਵਧੀਆ ਚੀਜ਼ ਹੈ ਪਹਿਲਾਂ ਇੱਕ ਇਹਦਾ ਸੈਮਿਸਟਰ ਖਤਮ ਹੋ ਗਿਆ ਯਾ ਸੈਕਿੰਡ ਸੈਮਿਸਟਰ 'ਤੇ ਗਈ ਹੈ ਹੁਣ ਪਹਿਲੇ ਸੈਮਿਸਟਰ 'ਚ ਕੀ ਫਰਕ ਹੈ ਦੂਜੇ ਸੈਮਿਸਟਰ 'ਚ ਕੀ ਫਰਕ ਹੈ ਪਹਿਲੀ ਵਾਰੀ ਜਦੋਂ ਪੇਰੈਂਟਸ ਨੇ ਛੱਡਿਆ ਤਦੋਂ ਕੀ ਹਾਲ ਸੀ ਹੁਣ ਪੇਰੈਂਟਸ ਕਿਸ ਸਟੇਜ ਤੋਂ ਜਾ ਰਹੇ ਨੇ ਪਲੱਸ ਇੱਕ ਮੋਸਟ ਇੰਪੋਰਟੈਂਟ ਮੇਰੇ ਪਿੱਛੇ ਜੇ ਬੜੇ ਦੋਸਤਾਂ ਨੇ ਮੈਨੂੰ ਕਾਲ ਆਏ ਕਿਉਂਕਿ ਅਗਲੇ ਸਾਲ ਉਹਨਾਂ ਦੇ ਬੱਚੇ ਰੈਡੀ ਨੇ ਕਾਲਜ ਜਾਣ ਲਈ ਸੋ ਇੱਕ ਪ੍ਰੋਸੈਸ ਹੈਗਾ ਜਿੱਥੇ ਕਿ ਸਾਡੀ ਗਵਰਨਮੈਂਟ ਸਾਡੀ ਹੈਲਪ ਕਰਦੀ ਹੈ ਸਰਕਾਰ ਜਿਹੜੀ ਹੈਲਪ ਕਰਦੀ ਹੈ ਉਹ ਪ੍ਰੋਸੈਸ ਕੀ ਹੈ ਉਹ ਸਾਦਗੀ ਤੁਹਾਨੂੰ ਦੱਸੇਗੀ ਡਿਟੇਲ 'ਚ ਜਾਵਾਂਗੇ ਕਿ ਅਸੀਂ ਪਿਛਲੇ ਸਾਲ ਬਹੁਤ ਐਂਡ 'ਚ ਜਾ ਕੇ ਪ੍ਰੋਸੈਸ ਸ਼ੁਰੂ ਕੀਤਾ ਸੀ ਇਸ ਕਰਕੇ ਅਸੀਂ ਤੁਹਾਨੂੰ ਆਪਣੇ ਮਾਈ ਟੀ ਵੀ ਦੇ ਰਾਏ ਅਸੀਂ ਗਾਈਡ ਕਰਨਾ ਚਾਹੁੰਦੇ ਹਾਂ ਕਿ ਉਹਦਾ ਪ੍ਰੋਸੈਸ ਕੀ ਹੈ ਕਿ ਤੁਸੀਂ ਪਹਿਲਾਂ ਤਿਆਰ ਹੋ ਜਾਓ ਕਰੈਕਟ ਬੇਟਾ ਸੋ ਸਾਦਗੀ ਗਿੱਲ ਤੋਂ ਹੀ ਪੁੱਛਦੇ ਹਾਂ ਸਾਦਗੀ ਗਿੱਲ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਸਭ ਤੋਂ ਫਸਟ ਸਟੈਪ ਤੁਸੀਂ ਐਜ਼ ਏ ਸਟੂਡੈਂਟ ਕੀ ਕੀਤਾ ਔਰ ਫਿਰ ਉਸ ਤੋਂ ਬਾਅਦ ਐਜ਼ ਏ ਪੇਰੈਂਟ ਫਿਰ ਅਸੀਂ ਆਪਣਾ ਦੱਸਾਂਗੇ ਫਸਟ ਸਟੈਪ ਮੈਂ ਇਹ ਕਹੂੰਗੀ ਇਜ਼ ਟੂ ਡਿਸਾਈਡ ਵੀ ਕਿਹੜਾ ਸਕੂਲ 'ਤੇ ਤੁਸੀਂ ਜਾਣਾ ਚਾਹੁੰਦੇ ਹੋ ਲਾਈਕ ਸਕੂਲ ਮੀਨਸ ਕਾਲਜ ਕਾਲਜ ਯੈਸ ਲਾਈਕ ਤੁਹਾਡਾ ਪ੍ਰਾਇਓਰਿਟੀ ਕਿਹੜਾ ਸਕੂਲ ਹੈ ਸਕੂਲ ਦੇ ਵਿੱਚ ਤੁਹਾਨੂੰ ਟੀਚ ਕਰਦੇ ਨੇ ਰਾਈਟ ਥੋੜਾ ਬਹੁਤ ਐਜੂਕੇਟ ਕਰਦੇ ਨੇ ਯਾ ਸੋ ਦਾ ਥਿੰਗ ਵਿਦ ਕਾਲਜ ਇਜ਼ ਤੁਸੀਂ ਸੋਚ ਤੁਸੀਂ ਲਾਈਕ ਸੁਣਿਆ ਹੋਣਾ ਵੀ ਬਹੁਤ ਸਾਰੇ ਪੇਰੈਂਟਸ ਆਪਣੇ ਕਿਡਸ ਕਮਿਊਨਿਟੀ ਕਾਲਜ ਭੇਜਦੇ ਨੇ ਪਹਿਲੇ 2 ਸਾਲ ਵਾਸਤੇ ਫਿਰ ਟ੍ਰਾਂਸਫਰ ਹੁੰਦੇ ਨੇ ਬਿਕਾਜ਼ ਜੇ ਕਮਿਊਨਿਟੀ ਕਾਲਜ ਹੈ ਜਿਹੜੇ 2 ਸਾਲ ਦਾ ਐਜੂਕੇਸ਼ਨ ਹੈ ਐਂਡ ਜੇ ਯੂਨੀਵਰਸਿਟੀ ਹੈ ਜੇ 4 ਸਾਲ ਦਾ ਐਜੂਕੇਸ਼ਨ ਹੈ ਉਹਨਾਂ ਦੇ ਪਹਿਲਾਂ 2 ਸਾਲ ਸੇਮ ਨੇ ਦੈਟਸ ਵਾਈ ਪੇਰੈਂਟਸ ਸੇਵ ਮਨੀ ਬਾਈ ਗੋਇੰਗ ਟੂ ਕਮਿਊਨਿਟੀ ਕਾਲਜ ਪਹਿਲਾਂ ਬਟ ਪਰਸਨਲ ਚੋਇਸ ਹੈ ਬਟ ਆਲਸੋ ਇਹ ਵੀ ਤੁਸੀਂ ਖਿਆਲ ਦੇ ਵਿੱਚ ਰੱਖਣਾ ਵੀ ਕੋਈ ਕਲਾਸਿਸ ਜੋ ਤੁਸੀਂ ਲੈਂਦੇ ਨਹੀਂ ਹੈਗੇ ਕਮਿਊਨਿਟੀ ਕਾਲਜ ਦੇ ਵਿੱਚ ਉਹ ਐਕਸੈਪਟ ਨਹੀਂ ਹੁੰਦੇ ਵੱਡੇ ਸਕੂਲ ਦੇ ਵਿੱਚ ਸੋ ਮੈਂ ਬਾਇਓਲੋਜੀ ਦੇ ਵਿੱਚ ਮੇਜਰ ਕਰ ਰਹੀ ਹਾਂ ਰਾਈਟ ਸੋ ਮੇਰਾ ਪਹਿਲਾ ਸਟੈਪ ਸੀ ਵੀ ਮੈਂ ਫਿਊਚਰ ਦੇ ਵਿੱਚ ਕੀ ਕਰਨਾ ਚਾਹੁੰਦੀ ਹਾਂ ਫੋਰ ਮੀ ਮੈਡੀਸਨ ਸੋ ਮੈਂ ਬਾਇਓਲੋਜੀ ਦੇ ਵਿੱਚ ਬੈਚਲਰਸ ਕਰਨਾ ਚਾਹੁੰਦੀ ਹਾਂ ਐਂਡ ਫਿਰ ਵੀ ਸੀ ਯੂ ਵਾਸ ਪਰਫੈਕਟ ਫੋਰ ਮੀ ਬਿਕਾਜ਼ ਮੈਡ ਸਕੂਲ ਐਂਡ ਸਭ ਕੁਝ ਸੋਰੀ ਮੈਂ ਤੁਹਾਨੂੰ ਰੋਕੂੰਗਾ ਜਿਹੜੇ ਬੱਚੇ ਜਿਵੇਂ ਇਹਨੇ ਦੱਸਿਆ ਕਿ ਬਾਇਓਲੋਜੀ 'ਚ ਜਾ ਰਹੀ ਹੈ ਅਗਰ ਇਹ ਲੋਕਲ ਕਾਲਜ 'ਚ ਜਾਂਦੀ ਤਾਂ ਉਹ ਕਲਾਸਾਂ ਉੱਥੇ ਐਕਸੈਪਟ ਨਹੀਂ ਹੋਣੀ ਨਹੀਂ ਹੁੰਦੇ ਉੱਥੇ ਆਉਣ ਲੱਗੀਆਂ ਸੋ ਜਿੰਨੇ ਵੀ ਸਾਇੰਸ ਬੇਸਡ ਕਲਾਸਿਸ ਨੇ ਵੀ ਸੀ ਯੂ ਵੁੱਡ ਨਾਟ ਐਕਸੈਪਟ ਦੈਮ ਮਤਲਬ ਬਾਇਓਲੋਜੀ ਕੈਮਿਸਟਰੀ ਮੋਸਟ ਆਫ ਅਮ ਇਸ ਤਰ੍ਹਾਂ ਹੁੰਦੇ ਨੇ ਸੋ ਇਹ ਬਹੁਤ ਇੰਪੋਰਟੈਂਟ ਹੈ ਜੀ ਨੋਟ ਕਰਨਾ ਇਹ ਨਾ ਹੋਵੇ ਕਿ ਤੁਸੀਂ ਪੈਸੇ ਬਚਾਉਣ ਦੇ ਚੱਕਰ 'ਚ ਪਤਾ ਚੱਲੇ ਹੋਰ ਵੀ ਪੈਸੇ ਸਪੈਂਡ ਕਰੋ 2 ਸਾਲ ਬੱਚੇ ਦੇ ਖਰਾਬ ਹੋ ਗਏ ਨੇ ਔਰ ਇਹਦੇ 'ਚ ਮੈਂ ਐਡੀਸ਼ਨ ਵੀ ਕਰਾਂਗੀ ਕਿਉਂਕਿ 2 ਸਾਲ ਜਦੋਂ ਤੁਸੀਂ ਲੋਕਲ ਜਾਂਦੇ ਹੋ ਉਸ ਤੋਂ ਬਾਅਦ 2 ਸਾਲਾਂ ਬਾਅਦ ਤੁਸੀਂ ਅਗੇਨ ਸਕੂਲ ਚੇਂਜ ਕਰਦੇ ਹੋ ਜਾਂ ਕਾਲਜ ਚੇਂਜ ਕਰਦੇ ਹੋ ਬੱਚੇ ਨੂੰ ਫਿਰ ਐਡਜਸਟ ਹੋਣ 'ਚ ਟਾਈਮ ਲੱਗਦਾ ਦੁਬਾਰਾ ਫਰੈਂਡ ਸਰਕਲ ਬਣਾਉਣਾ ਦੁਬਾਰਾ ਮਾਂ ਬਾਪ ਤੋਂ ਅਗੇਨ ਹੋਈ ਸਾਈਕਲ ਸ਼ੁਰੂ ਕਰਨਾ ਮਾਂ ਬਾਪ ਤੋਂ ਦੂਰ ਰਹਿ ਕੇ ਡੈਫੀਨੇਟਲੀ ਉਹ ਸਭ ਤੋਂ ਹਾਰਡੈਸਟ ਪਾਰਟ ਹੈ ਲੋਕ ਸੋਚਦੇ ਨੇ ਵੀ ਐਜੂਕੇਸ਼ਨ ਸਭ ਤੋਂ ਹਾਰਡੈਸਟ ਹੈ ਇਟਸ ਨਾਟ ਦੀ ਐਜੂਕੇਸ਼ਨ ਇਟਸ ਵੀ ਕਿਹੜਾ ਫਰੈਂਡ ਗਰੁੱਪ ਤੁਸੀਂ ਆਪਣੇ ਆਪ ਐਸੋਸੀਏਟ ਕਰਨਾ ਚਾਹੁੰਦੇ ਹੋ ਵੀ ਕਿਹੜੇ ਪੀਪਲ ਤੁਸੀਂ ਹੈਂਗ ਆਊਟ ਕਰਦੇ ਹੋ ਗੁਰੂ ਨਾਨਕ ਦੇਵ ਜੀ ਨੇ ਕਿਹਾ ਵੀ ਸੰਗਤ ਸਭ ਕੁਝ ਆ ਹਨਾ ਐਂਡ ਉਹ ਅੱਛੀ ਸੰਗਤ ਮਿਲਣਾ ਬਹੁਤ ਹਾਰਡ ਹੁੰਦਾ ਹੈ ਕਾਲਜ ਦੇ ਵਿੱਚ ਸੋ ਹਾਂ ਬਟ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲਈਏ ਔਰ ਵਾਪਸ ਆਉਂਦੇ ਹਾਂ ਔਰ ਹੋਰ ਬੜੇ ਸਾਰੇ ਗੱਲਾਂ ਬਾਤਾਂ ਤੁਹਾਡੇ ਨਾਲ ਡਿਸਕਸ ਕਰਾਂਗੇ ਲੇਕਿਨ ਜੇਕਰ ਤੁਹਾਡੇ ਕੋਲ ਕੋਈ ਕੁਐਸਚਨ ਹੈ ਤਾਂ ਡੂ ਮੈਸੇਜਸ ਔਰ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਮੈਸੇਜਿਸ ਦੇ ਜਵਾਬ ਜ਼ਿਆਦਾ ਤੋਂ ਜ਼ਿਆਦਾ ਦੇ ਸਕੀਏ ਲਓ ਜੀ ਲੈਂਦੇ ਹਾਂ ਬ੍ਰੇਕ
We look forward to earn your business and we do speak your language. Thank you. ਤੁਸੀਂ ਦੇਖ ਰਹੇ ਹੋ ਜੈਸ ਚੇਅਰ ਵਿਦ ਮਿਸਟਰ ਐਂਡ ਮਿਸਿਸ ਗਿੱਲ ਔਰ ਅੱਜ ਸਾਡੇ ਨਾਲ ਚੇਅਰ ਸਾਦਗੀ ਗਿੱਲ ਵੀ ਕਰ ਰਹੇ ਨੇ ਅੱਜ ਅਸੀਂ ਸਾਦਗੀ ਨੂੰ ਪੁੱਛਿਆ ਸੀਗਾ ਕਿ ਪਹਿਲੇ ਸਮੈਸਟਰ 'ਚ ਔਰ ਹੁਣ ਦੂਸਰੇ ਸਮੈਸਟਰ 'ਚ ਕੀ ਫਰਕ ਹੈ ਪੜ੍ਹਾਈ 'ਚ ਕੀ ਫਰਕ ਹੈ ਲੇਕਿਨ ਉਸ ਤੋਂ ਮੋਸਟ ਇੰਪੋਰਟੈਂਟ ਆਪਾਂ ਲੈਟਸ ਗੋ ਬੈਕ ਕਿ ਜਿੱਥੇ ਸਾਦਗੀ ਬੇਟਾ ਤੁਸੀਂ ਦੱਸਿਆ ਸੀ ਕਿ ਪਹਿਲਾਂ ਤਾਂ ਡਿਸਾਈਡ ਕਰ ਲਓ ਕਿ ਤੁਸੀਂ ਕਿਹੜੀ ਫੀਲਡ 'ਚ ਜਾਣਾ ਔਰ ਕਿਹੜਾ ਸਕੂਲ ਸਕੂਲ ਜਾਣਾ ਔਰ ਪੇਰੈਂਟਸ ਲਈ ਬਹੁਤ ਇੰਪੋਰਟੈਂਟ ਹੈ ਕਿ ਉਹ ਅਗਰ ਬੱਚੇ ਮੇਕ ਸ਼ੋਰ ਕਰਨ ਕਿ ਉਹ ਫਿਊਚਰ 'ਚ 2 ਸਾਲ ਦਾ ਕਾਲਜ ਲੈ ਕੇ ਉਹ ਚੈਪਟਰਸ ਵੀ ਮੇਕ ਸ਼ੋਰ ਕਰੇ ਵੀ ਉਹ ਕ੍ਰੈਡਿਟ ਐਕਸੈਪਟਡ ਹੋਵੇ ਯੈਸ ਔਰ ਜੇ ਮੈਂ ਦੇਖਿਆ ਕਿ ਬਹੁਤ ਪੇਰੈਂਟਸ ਨਾਲ ਮੇਰੀ ਗੱਲ ਹੋਈ ਤੇ ਉਹ ਕਹਿੰਦੇ ਜੀ ਕਾਲਜ ਐਕਸਪੈਂਸਿਵ ਬਹੁਤ ਹੈ ਲੇਕਿਨ ਗੌਰਮੈਂਟ ਦੇ ਕੁਝ ਐਸੇ ਪ੍ਰੋਗਰਾਮ ਨੇ ਜਿਹਦੇ ਬਾਰੇ ਅਸੀਂ ਤੁਹਾਨੂੰ ਡਿਟੇਲ 'ਚ ਦੱਸਾਂਗੇ ਕਿ ਉਹਦਾ ਕੀ ਸਟੈਪ ਹੈ ਕੀ ਪ੍ਰੋਸੈਸ ਹੈ ਹਰ ਬੰਦੇ ਨੂੰ ਲੋਨ ਮਿਲ ਜਾਂਦਾ ਸੋ ਫਸਟ ਸਟੈਪ ਇਹ ਹੋਏਗਾ ਵੀ ਤੁਸੀਂ ਆਪਣਾ ਐਸ ਏ ਟੀਜ਼ ਦਿੰਦੇ ਹੋ ਰਿਮੈਂਬਰ ਜੇ ਮੈਂ ਟੈਸਟ ਨਹੀਂ ਲਿਆ ਸੀ ਜੂਨੀਅਰ ਸੀਨੀਅਰ ਈਅਰ ਆਫ ਹਾਈ ਸਕੂਲ ਸੋ ਉਹਦੇ ਵਾਸਤੇ ਪ੍ਰੈਪ ਕਰਨ ਵੀ ਜਿੰਨਾ ਹਾਈ ਤੁਹਾਡਾ ਸਕੋਰ ਹੋਏਗਾ ਉਨਾ ਅੱਛਾ ਸਕੂਲ ਤੁਸੀਂ ਐਕਸੈਪਟ ਹੋਗੇ ਰਾਈਟ ਸੋ ਵਾਂਸ ਤੁਸੀਂ ਐਸ ਏ ਟੀ ਦਿੰਦੇ ਹੋ ਮੈਂ ਦਿੱਤਾ ਸੀ ਸਪਰਿੰਗ ਆਫ ਜੂਨੀਅਰ ਈਅਰ ਐਂਡ ਫਿਰ ਮੈਂ ਲਾਸਟ ਵਾਲਾ ਲਿਆ ਸੀ ਅਕਟੋਬਰ ਆਫ ਸੀਨੀਅਰ ਈਅਰ ਸੋ ਨਾਓ ਰਾਈਟ ਨਾਓ ਇਜ਼ ਦ ਟਾਈਮ ਵੀ ਜਿਹੜੇ ਸੀਨੀਅਰਸ ਹੈਗੇ ਨੇ ਉਹਨਾਂ ਦੇ ਐਕਸੈਪਟੈਂਸ ਲੈਟਰਸ ਵਾਪਸ ਆ ਰਹੇ ਨੇ ਐਂਡ ਉਹ ਡਿਸਾਈਡ ਕਰਦੇ ਨੇ ਵੀ ਕਿਹੜਾ ਸਕੂਲ ਦੇ ਵਿੱਚ ਉਹ ਜਾਣਾ ਚਾਹੁੰਦੇ ਨੇ ਓਕੇ ਸੋ ਤੈਨੂੰ ਲੱਗਦਾ ਕਿ ਸਕੂਲ ਜਿਹੜੇ ਕਾਲਜ ਜਿਹਨੂੰ ਕਹਿੰਦੇ ਉਹ ਆਪਾਂ ਪ੍ਰੈਫਰੈਂਸ ਵਾਈਸ ਕਰ ਲਈਏ ਕਿ ਪਹਿਲਾ ਆ ਦੂਜਾ ਆ ਤੀਜਾ ਆ ਕਿਉਂਕਿ ਹਰ ਕਾਲਜ 'ਚ ਤਾਂ ਐਡਮਿਸ਼ਨ ਮਿਲਣਾ ਜ਼ਰੂਰੀ ਨਹੀਂ ਕਿ ਐਡਮਿਸ਼ਨ ਮਿਲ ਜਾਵੇ ਸੋ ਤੁਸੀਂ ਅਪਲਾਈ ਕਰਦੇ ਹੋ ਡਿਸੰਬਰ ਦੇ ਵਿੱਚ ਐਂਡ ਹੁਣ ਉਹ ਵਾਪਸ ਆਉਂਦੇ ਨੇ ਵੀ ਤੁਸੀਂ ਫੋਰ ਐਗਜ਼ਾਮਪਲ ਵੀ ਸੀ ਯੂ ਐਨ ਯੂ ਵੀ ਏ ਦੇ ਵਿੱਚ ਐਕਸੈਪਟ ਹੋ ਗਏ ਜਾਂ ਟੈਕ ਦੇ ਵਿੱਚ ਡਿਨਾਈਡ ਰਾਈਟ ਸੋ ਹੁਣ ਤੁਸੀਂ ਡਿਸਾਈਡ ਕਰਦੇ ਹੋ ਵੀ ਹਾਂ ਮੈਂ ਇਸ ਯੂਨੀਵਰਸਿਟੀ ਦੇ ਜਾਣਾ ਚਾਹੁੰਦੀ ਹਾਂ ਜਾਂ ਮੈਂ ਕਮਿਊਨਿਟੀ ਕਾਲਜ ਜਾਣਾ ਚਾਹੁੰਦੀ ਹਾਂ ਬਟ ਈਦਰ ਵੇ ਦ ਬੈਸਟ ਥਿੰਗ ਦੈਟ ਯੂ ਕੈਨ ਡੂ ਇਜ਼ ਤੁਸੀਂ ਆਪਣੇ ਯੂਜਲੀ ਪੇਰੈਂਟਸ ਇਸ ਟਾਈਮ ਟੈਕਸਿਸ ਫਾਈਲ ਕਰਦੇ ਨੇ ਹੈ ਨਾ ਸੋ ਐਟ ਦਿਸ ਟਾਈਮ ਤੁਸੀਂ ਇੱਕ ਫੈਡਰਲ ਏਡ ਨੂੰ ਤੁਸੀਂ ਆਪਣਾ ਐਪਲੀਕੇਸ਼ਨ ਦਿੰਦੇ ਹੋ ਕਾਲਡ ਫੈਫਸਾ ਫੈਡਰਲ ਸਮਥਿੰਗ ਸਮਥਿੰਗ ਓਕੇ ਫੈਫਸਾ ਸੋ ਫੈਫਸਾ ਪਤਾ ਕੀ ਕਰਦੀ ਹੈ ਤੁਹਾਡਾ ਜਿਹੜਾ ਟੈਕਸ ਕੀ ਕਹਿੰਦਾ ਟੈਕਸ ਟ੍ਰਾਂਸਕ੍ਰਿਪਟ
ਉਹ ਦੇਖ ਕੇ ਦੱਸਦੇ ਆ ਵੀ ਮੈਂ ਕਿੰਨੇ ਪੈਸੇ ਫੈਡਰਲ ਗਵਰਨਮੈਂਟ ਦਿੰਦੀ ਹੈ ਤੁਹਾਨੂੰ ਪੈਸੇ ਸੋ ਦੋ ਟਾਈਪਸ ਆਫ ਪੈਸੇ ਦਿੰਦੇ ਨੇ ਇੱਕ ਹੈਗਾ ਲੋਨ ਜਿਹੜਾ ਸਾਰਿਆਂ ਨੂੰ ਪਤਾ ਤੁਸੀਂ ਪੈਸੇ ਬੋਰੋ ਕਰਦੇ ਹੋ ਐਂਡ ਵੈਰੀ ਲਿਟਲ ਇੰਟਰਸਟ ਦੇ ਨਾਲ ਤੁਸੀਂ ਵਾਪਸ ਦਿੰਦੇ ਹੋ ਹੈ ਨਾ ਐਂਡ ਉਹਦੇ ਉੱਪਰ ਟੈਕਸ ਨਹੀਂ ਹੁੰਦਾ ਕਿਉਂਕਿ ਫੈਡਰਲ ਗਵਰਨਮੈਂਟ ਦੇ ਰਹੀ ਆ ਸੈਕਿੰਡ ਹੈਗਾ ਗ੍ਰਾਂਟਸ ਗ੍ਰਾਂਟਸ ਇਜ਼ ਫਰੀ ਮਨੀ ਮਨੀ ਤੁਹਾਨੂੰ ਮਿਲਦਾ ਐਂਡ ਯੂ ਡੋਂਟ ਹੈਵ ਟੂ ਸਾਰੇ ਸੋਚਦੇ ਨੇ ਵੀ ਹਾਂ ਵੀ ਸੀ ਯੂਜ $36,000 ਏ ਈਅਰ ਬਟ ਤੁਸੀਂ ਇਹ ਨਹੀਂ ਸੋਚੇ ਵੀ ਫੈਡਰਲ ਗਵਰਨਮੈਂਟ ਕਿੰਨਾ ਪੇ ਕਰ ਰਿਹਾ ਉਹਦੇ ਵਾਸਤੇ ਸੋ ਨਾਟ ਓਨਲੀ ਫੈਡਰਲ ਗਵਰਨਮੈਂਟ ਪੇ ਕਰ ਰਹੀ ਹੈ ਇਨ ਲੋਨਸ ਐਂਡ ਗ੍ਰਾਂਟਸ ਬਟ ਓਲਸੋ ਫੈਡਰਲ ਗਵਰਨਮੈਂਟ ਵੀ ਗ੍ਰਾਂਟਸ ਦਿੰਦੀ ਹੈ ਐਂਡ ਫੈਫਸਾ ਦੇ ਵਿੱਚ ਸਟੇਟਸ ਵੀ ਤੁਹਾਨੂੰ ਗ੍ਰਾਂਟਸ ਦਿੰਦੇ ਨੇ ਤੁਸੀਂ ਇਸ ਐਜੂਕੇਸ਼ਨ ਫੈਡਰਲ ਵੀ ਦੇ ਰਹੀ ਹੈ ਸਟੇਟ ਵੀ ਦੇ ਰਹੀ ਹੈ ਈਵਨ ਬੈਟਰ ਯੂਨੀਵਰਸਿਟੀ ਵੀ ਦਿੰਦੀ ਹੈ ਯੂਨੀਵਰਸਿਟੀ ਵੀ ਸਮਾਲ ਸਕਾਲਰਸ਼ਿਪਸ ਦਿੰਦੇ ਨੇ ਹੋਰ ਕੋਈ ਰਸਤਾ ਹੈ ਕਿ ਬੱਚੇ ਕਿਤੋਂ ਹੋਰੋ ਗ੍ਰਾਂਟ ਲੈ ਸਕਣ ਯੈਸ ਸੋ ਜਿੰਨੇ ਵੀ ਆਰਗੇਨਾਈਜੇਸ਼ਨਸ ਹੈਗੇ ਨੇ ਉਹ ਵੀ ਸਮਾਲ ਉਹਨੂੰ ਥਰਡ ਪਾਰਟੀ ਸਕਾਲਰਸ਼ਿਪਸ ਔਰ ਥਰਡ ਪਾਰਟੀ ਗ੍ਰਾਂਟਸ ਕਹਿੰਦੇ ਨੇ ਉਹ ਵੀ ਦੇ ਸਕਦੇ ਨੇ ਸੋ ਇੱਕ ਵੈਬਸਾਈਟ ਹੈ ਕਾਲਡ scholarships.com ਤੁਸੀਂ ਉੱਥੇ ਐਪਲੀਕੇਸ਼ਨ ਪਾਈ ਜਾਓ ਐਂਡ ਛੋਟੇ 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 ਸਕਾਲਰਸ਼ਿਪਸ ਮਿਲਦੇ ਨੇ ਲਾਈਕ 100 500 ਬਟ ਜੇ ਤੁਸੀਂ ਸੋਚੋਗੇ ਇਟਸ ਲਾਈਕ ਟੈਕਸਟ ਬੁੱਕਸ ਐਂਡ ਟੈਕਸਟ ਬੁੱਕਸ ਆਰ ਐਕਸਪੈਂਸਿਵ ਸੋ ਇਹ ਪੈਸੇ ਐਡ ਅਪ ਹੁੰਦੇ ਨੇ ਐਂਡ ਕੀ ਬੇਟਾ ਵੈਬਸਾਈਟ ਕੀ ਦੁਬਾਰਾ ਇਟਸ scholarship.com scholarship.com ਯਾ ਸੋ ਬੱਚੇ ਜਿਹੜੇ ਨੇ ਇਹ ਤੇ ਸਾਰਾ ਪ੍ਰੋਸੈਸ ਕਰਨ ਹੀ ਕਰਨ scholarship.com ਤੇ ਜਾ ਜਾ ਕੇ ਆਪਣੇ ਲੈਟਰ ਲਿਖਣੇ ਸ਼ੁਰੂ ਕਰਨ ਔਰ ਬਹੁਤ ਇੰਪੋਰਟੈਂਟ ਮੈਂ ਦੇਖਿਆ ਅਗਰ ਉਹ ਕਿਸੇ ਆਰਗੇਨਾਈਜੇਸ਼ਨ ਜਾਂ ਕਿਸੇ ਗੁਰਦੁਆਰਾ ਜਾਂ ਚਰਚ ਜਾਂ ਨਾਨ ਪ੍ਰੋਫਿਟ ਆਰਗੇਨਾਈਜ਼ ਵਾਲੰਟੀਅਰ ਵਰਕ ਕਰਦੇ ਨੇ ਉਹ ਵੀ ਉਹਨਾਂ ਨੂੰ ਹੈਲਪ ਕਰਦਾ ਸੋ ਸਭ ਤੋਂ ਜ਼ਿਆਦਾ ਜਿਹਨੂੰ ਮੈਨੂੰ ਹੈਲਪ ਕੀਤਾ ਇਹ ਪੰਜਾਬੀ ਵੂਮਨ ਕਲਚਰ ਐਸੋਸੀਏਸ਼ਨ ਨੇ ਹੈਲਪ ਕੀਤਾ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਸੋ ਉਹਦੇ ਵਿੱਚ ਮੈਨੂੰ ਕਲਚਰ ਵੀ ਸਿਖਾਇਆ ਗਿਆ empowering women bachche de naal deal karne pende ne communication skills so us organization through me bahut sare nikke nikke scholarships mile so aaj tu member hai us organization yes hun main member ban gayi volunteer kar kar ke is karke kya gaya hai jehdi punjabi women culture association hai jehdi kuch ladies ne jinna ne banaya hai te inne inne saalan to vich support kita volunteer kita te hun oda ek part ban gayi hai kyunki 18 saal to upar hogi legal hogi hai te ਉਹਦੇ ਥਰੂ ਅਸੀਂ ਇਹ ਸਾਰੇ ਬੱਚਿਆਂ ਨੂੰ ਗਾਈਡ ਕਰ ਰਹੇ ਹਾਂ ਬੇਸਿਕਲੀ ਪੇਰੈਂਟਸ ਨੂੰ ਗਾਈਡ ਕਰ ਰਹੇ ਹਾਂ ਜੋ ਸਟੈਪ ਅਸੀਂ ਲੰਘ ਗਏ ਹਾਂ ਜਿਸ ਵਿੱਚ ਸਾਨੂੰ ਨਹੀਂ ਪਤਾ ਸੀ ਉਹ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਸੋ ਅਗਰ ਤੁਹਾਨੂੰ ਕੋਈ ਕੁਐਸਚਨ ਹੋ ਰਿਹਾ ਹੈ ਤਾਂ ਫੀਲ ਫਰੀ ਟੂ ਆਸ ਸਾਦਗੀ ਗਿੱਲ ਮੋਨੀ ਗਿੱਲ ਔਰ ਸਾਡੇ ਕਿਸੇ ਵੀ ਟੀਮ ਮੈਂਬਰ ਨੂੰ ਤੁਸੀਂ ਜਿਹੜੇ PWCA ਪੰਜਾਬੀ ਵੂਮੈਨ ਕਲਚਰਲ ਐਸੋਸੀਏਸ਼ਨ ਦੇ ਜਿਹੜੇ ਮੈਂਬਰਸ ਨੇ ਉਹਨਾਂ ਨੂੰ ਤੁਸੀਂ ਪੁੱਛ ਸਕਦੇ ਹੋ ਅਤੇ ਅਸੀਂ ਤੁਹਾਡੀ ਕੋਸ਼ਿਸ਼ ਕਰਾਂਗੇ ਤੁਹਾਡੇ ਅਗਰ ਕੋਈ ਕੁਐਸਚਨ ਹੈ ਕਾਲਜ ਰਿਲੇਟਡ ਉਹਨਾਂ ਨੂੰ ਪੂਰੇ ਕਰ ਸਕਦੇ ਹਾਂ MYTV ਤੇ ਤੁਸੀਂ ਈਮੇਲ ਪਾ ਸਕਦੇ ਹੋ ਸਾਨੂੰ ਮੈਸੇਜ ਛੱਡ ਸਕਦੇ ਹੋ ਤੇ ਅਸੀਂ ਤੁਹਾਨੂੰ ਪ੍ਰੋਪਰ ਲੋਕ ਕੋਸ਼ਿਸ਼ ਕਰਾਂਗੇ ਤੁਹਾਨੂੰ ਸਹੀ ਜਗ੍ਹਾ ਤੱਕ ਪਹੁੰਚਾ ਸਕਦੇ ਐਂਡ ਦ ਬੈਸਟ ਥਿੰਗ ਇਜ਼ ਇਟਸ ਕੌਨਫੀਡੈਂਸ਼ੀਅਲ ਸੋ ਜੇ ਤੁਸੀਂ ਸਾਨੂੰ ਈਮੇਲ ਕਰਕੇ ਪੁੱਛਦੇ ਹੋ ਆਪਾਂ ਕਿਸੇ ਨੂੰ ਦੱਸ ਨਹੀਂ ਸਕਦੇ ਸੋ ਇਸ ਲਾਈਕ ਫੀਅਰ ਦੇ ਨਾਲ ਤੁਸੀਂ ਲੋਕੀ ਸੋਚਦੇ ਨਹੀਂ ਹੈਗੇ ਡਰਨਾ ਨਾ ਕਿ ਤੁਹਾਡੀ ਗੱਲ ਕਿਤੇ ਖੁੱਲ ਜਾਏਗੀ ਮੋਨੀ ਜਾਂ ਕੁਲਦੀਪ ਜਾਂ ਸਾਦਗੀ ਕਿਤੇ ਗੱਲ ਕਰਨਗੇ ਨੋ ਕਿਉਂਕਿ ਹਰ ਬੰਦਾ ਦੇਖੋ ਵੀ ਆਰ ਹੇਅਰ ਟੂ ਸਪੋਰਟ community yes. not to break community basically kyunki assi gal idhar di udhar karde ha te ohde naal community tutdi hai so appa ral mil ke ehi koshish karni hai ki ik dooje nu build kariye ik dooje te trust kariye aur ik dooje da saath hoega te ik dooje naal assi vadh ke agge ja sakde ajj je sada bachcha eh step le reha aur assi kive vi tode bachche de future layi assi help kar sakiye confidential tarike te ਅਤੇ ਤੁਹਾਨੂੰ ਫਾਈਨੈਂਸ਼ਲੀ ਬਾਹਰੋਂ ਕਿਤੋਂ ਏਡ ਲਿਆ ਕੇ ਦੇ ਸਕੀਏ ਆਈ ਥਿੰਕ ਇਸ ਤੋਂ ਵੱਡਾ ਕੰਮ ਮੈਨੂੰ ਨਹੀਂ ਲੱਗਦਾ ਕੋਈ ਹੋ ਸਕਦਾ ਵਨ ਮੋਰ ਥਿੰਗ ਆਈ ਵਾਂਟ ਟੂ ਐਡ ਅਬਾਊਟ ਫੈਫਸਾ ਇਜ਼ ਵੀ ਬਹੁਤ ਲੋਕ ਸੋਚਦੇ ਨੇ ਵੀ ਹਾਂ ਜੇ ਇਹ ਕਾਲਜ ਦੇ ਵਿੱਚ ਜਾ ਰਿਹਾ ਹੈ ਨਾ ਐਂਡ ਪਹਿਲਾ ਸਾਲ ਡੋਰਮ ਦੇ ਵਿੱਚ ਹੈ ਸੋ ਸਾਰੇ ਖਰਚੇ VCU ਥਰੂ ਜਾਂਦੇ ਨੇ ਹੈ ਨਾ ਬਟ ਸੈਕਿੰਡ ਈਅਰ ਯੂਜਲੀ ਪੀਪਲ ਅਪਾਰਟਮੈਂਟਸ ਲੈਂਦੇ ਨੇ ਔਰ ਆਫ ਕੈਂਪਸ ਲਿਵ ਕਰਦੇ ਨੇ ਫਿਰ ਉਹ ਸੋਚਦੇ ਨੇ ਵੀ ਉਹ ਜਿਹੜਾ ਫੈਫਸਾ ਦਾ ਮਨੀ ਹੈ ਉਹ ਨਹੀਂ ਪੇ ਆਫ ਹੋਏਗਾ ਵੀ ਅਪਾਰਟਮੈਂਟ ਅਤੇ ਰੈਂਟ ਤੁਸੀਂ ਆਪਣੇ ਪਾਕਿਟ ਤੋਂ ਪੇ ਕਰੋ ਬਟ ਦ ਥਿੰਗ ਵਿਦ ਗ੍ਰਾਂਟਸ ਇਜ਼ ਪ੍ਰਟੈਂਡ ਕਰੋ ਵੀ ਤੁਹਾਡਾ ਕਾਲਜ ਦਾ ਖਰਚਾ ਹੈਗਾ 6,000 ਦਾ ਹੈ ਨਾ ਬਟ ਗਵਰਨਮੈਂਟ ਨੂੰ ਲੱਗਦਾ ਵੀ ਤੁਹਾਨੂੰ 18,000 ਚਾਹੀਦੇ ਨੇ ਗ੍ਰਾਂਟਸ ਦੇ ਵਿੱਚ ਸੋ ਉਹ ਪੈਸੇ ਉਹ VC ਨੂੰ ਸੈਂਡ ਕਰੇਗਾ VC ਉਹ 6,000 ਡਿਡਕਟ ਕਰਕੇ ਜਿਹੜੇ ਬਾਕੀ ਪੈਸੇ ਨੇ ਉਹ ਤੁਹਾਡੇ ਪਾਕਿਟਸ ਦੇ ਵਿੱਚ ਜਾਂਦੇ ਨੇ
Does that make sense? So that you can use that money towards textbooks and rent. Any college. So at the end of the day, any of we owe like minu 4 saal dorm de vich rehna pena? No, like 18,000 je government tonu de reya, oh like tonu hi de reya. Yes. ਲੇਕਿਨ ਮੈਂ ਸੁਜੈਸਟ ਕਰਾਂਗੇ ਬੱਚੇ ਡੋਮ ਚ ਰਹਿਣ ਤੇ ਜਾਣਾ ਬੈਟਰ 1 ਇਅਰ ਤਾਂ ਕਿ ਸਿੱਖ ਜਾਣ ਜਿਵੇਂ ਸਾਦਗੀ ਗਿੱਲ ਨੇ ਗੱਲ ਜਿੱਥੇ ਖਤਮ ਕੀਤੀ ਸੀ ਬ੍ਰੇਕ ਜਾਣ ਤੋਂ ਪਹਿਲਾਂ ਕਿ ਸੰਗਤ 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 ਦਾ ਅਸਰ ਬਹੁਤ ਵੱਡਾ ਔਰ ਬਹੁਤ ਹੀ ਗਹਿਰਾ ਅਸਰ ਛੱਡਦਾ ਤੁਹਾਡੀ ਲਾਈਫ ਤੇ ਉਹ ਤੁਹਾਨੂੰ ਵਿਗਾੜ ਵੀ ਸਕਦਾ ਹੈ ਉਹ ਤੁਹਾਨੂੰ ਬਣਾ ਵੀ ਸਕਦਾ ਹੈ ਸੋ ਸਾਦਗੀ ਨੂੰ ਹੀ ਕਹਿਣਾ ਇਹ ਰੀਜ਼ਨ ਹੈ ਕਿ 1 ਫਰਸਟ ਈਅਰ ਜਿਹੜਾ ਹੈਗਾ ਕਿ ਰਿਕਮੈਂਡ ਕਰਦੇ ਨੇ ਔਰ ਆਈ ਥਿੰਕ ਕੰਪਲਸਰੀ ਵੀ ਹੈ ਇਟਸ ਰਿਕੁਆਇਰਡ ਹੈਨਾ ਕਿ 1 ਸਾਲ ਤੁਸੀਂ ਉੱਥੇ ਰਹੋ ਤਾਂ ਕਿ ਬੱਚਾ ਆਪਣੇ ਆਪ ਨੂੰ ਇੰਡੀਪੈਂਡੈਂਟ ਕਰ ਸਕੇ ਗੱਡੀ ਵੀ ਨਹੀਂ ਮਿਲਦੀ ਸਾਨੂੰ ਕਾਰ ਨਹੀਂ ਹੁੰਦੀ ਔਰ ਦੇਖ ਸਕੇ ਕਿ ਅਸੀਂ ਕਿਹੜੇ ਸਰਕਲ ਕਿਹੜੇ ਫਰੈਂਡਸ ਜਿਹੜਾ ਮੋਸਟ ਇੰਪੋਰਟੈਂਟ ਫਿਰ ਅਸੀਂ ਉੱਥੇ ਹੀ ਆ ਗਏ ਕਿ ਸੰਗਤ ਕਿਹੋ ਜਿਹੀ ਸੰਗਤ ਅਸੀਂ ਚੂਜ਼ ਕਰੇ ਕਿਉਂਕਿ ਅੱਜ ਜਿਹੜੀ ਸਟੇਜ ਹੈ ਇੱਥੋਂ ਹੀ ਆਪਣਾ ਕੈਰੀਅਰ ਬਿਲਡ ਕਰ ਰਹੇ ਨੇ ਔਰ ਇਹ ਹੀ ਚੀਜ਼ ਇਹਨਾਂ ਨੂੰ ਅੱਗੇ ਫਿਊਚਰ 'ਚ ਲੈ ਕੇ ਜਾਏ ਬਿਲਕੁਲ ਅਤੇ ਹੋਰ ਆਪਾਂ ਪੁੱਛਾਂਗੇ ਸਾਦਗੀ ਗਿੱਲ ਅੱਛਾ ਇਹ ਤਾਂ ਸੀਗੇ ਫਾਈਨੈਂਸ਼ੀਅਲ ਹਾਂਜੀ ਠੀਕ ਹੈ ਫਾਈਨੈਂਸ਼ੀਅਲ ਤੋਂ ਬਾਅਦ ਸਭ ਤੋਂ ਵੱਡੀ ਮੁਸ਼ਕਲ ਕਿਸ ਚੀਜ਼ 'ਚ ਐਜ਼ ਏ ਚਾਇਲਡ ਸਾਨੂੰ ਤਾਂ ਆਉਂਦੀ ਆਉਂਦੀ ਹੈ ਉਹ ਅਸੀਂ ਆਪਣੀ ਡਿਸਕਸ ਕਰਾਂਗੇ ਐਜ਼ ਏ ਚਾਇਲਡ ਕੀ ਫੇਸ ਕਰਨਾ ਪਿਆ ਸਭ ਤੋਂ ਮੁਸ਼ਕਲ ਚੀਜ਼ ਹੋਣੀ ਵੀ ਤੁਸੀਂ ਸਾਰੇ ਡਿਸੀਜਨ ਆਪਣੇ ਆਪ ਮੇਕ ਕਰਦੇ ਹੋ ਸੋ ਤੁਹਾਨੂੰ ਡਰ ਲੱਗਦਾ ਕਿ ਤੇ ਰੋਂਗ ਨਾ ਹੋ ਜਾਏ ਹਾਂ ਡਰ ਵੀ ਲੱਗਦਾ ਬਟ ਦ ਥਿੰਗ ਇਜ਼ ਜੋ ਮੈਂ ਕਰੇ ਆਉਂਦੀ ਹਾਂ ਮੈਨੂੰ ਫੋਰ ਐਗਜ਼ਾਮਪਲ ਦੱਸਦੀ ਹਾਂ ਵੀ ਓ ਮੈਂ ਇੱਕ ਨਵਾਂ ਫਰੈਂਡ ਬਣਾਈ ਐਂਡ ਮੈਂ ਉਹਨਾਂ ਦੇ ਪਰਸਨੈਲਿਟੀ ਦੱਸਦੀ ਹਾਂ ਓਵਰ ਟਾਈਮ ਤੁਸੀਂ ਵੀ ਦੱਸ ਦਿੰਦੇ ਹੋ ਵੀ ਹਾਂ ਇਹ ਅੱਛਾ ਬੰਦਾ ਹੈ ਜਾਂ ਨਹੀਂ ਠੀਕ ਨਹੀਂ ਹੈਗੀ ਔਰ ਸਮਥਿੰਗ ਲਾਈਕ ਦੈਟ ਕਰਮ ਨਾਲ ਜਦੋਂ ਬੱਚਾ ਆ ਕੇ ਦੱਸਦਾ ਕਿ ਮੈਂ ਫਰੈਂਡ ਬਣਾਇਆ ਤੇ ਮਾਂ-ਬਾਪ ਨੂੰ ਹਾਰਟ ਅਟੈਕ ਹੋਣ ਵਾਲਾ ਹੋ ਜਾਂਦਾ But ਉੱਥੇ ਜਾ ਕੇ ਯੂ ਹੈਵ ਟੂ ਹੈਵ ਫਰੈਂਡਸ ਉੱਥੇ ਜਾ ਕੇ ਯੂ ਡੋਨਟ ਹੈਵ ਯਰ ਪੇਰੈਂਟਸ ਟੈਲਿੰਗ ਯੂ ਵੀ ਦਿਸ ਪਰਸਨ ਇਜ਼ ਨਟ ਅ ਗੁੱਡ ਪਰਸਨ ਯੂ ਆਪਣੇ ਆਪ ਲੱਭਣਾ ਪੈਂਦਾ ਐਂਡ ਆਬਵੀਅਸਲੀ ਕਹਿੰਦੇ ਨੇ ਵੀ ਤੁਹਾਡਾ ਫਸਟ ਸਮੈਸਟਰ ਫਰੈਂਡ ਗਰੁੱਪ ਇਜ਼ ਵੈਰੀ ਡਿਫਰੈਂਟ ਫਰੋਮ ਯੋਰ ਸੈਕਿੰਡ ਸਮੈਸਟਰ ਫਰੈਂਡ ਗਰੁੱਪ ਯੂਜੂਅਲੀ ਸਮਾਲਰ ਹੁੰਦਾ ਬਿਕਾਜ਼ ਤੁਸੀਂ ਓਵਰ ਟਾਈਮ ਤੁਹਾਨੂੰ ਪਤਾ ਚੱਲ ਜਾਂਦਾ ਵੀ ਇਸ ਪਰਸਨ 'ਤੇ ਟੌਕਸਿਕ ਟ੍ਰੇਟਸ ਨੇ ਔਰ ਰਿਲਾਇਬਲ ਨੇ ਹੈਗੇ ਤੁਸੀਂ ਆਟੋਮੈਟਿਕਲੀ ਕੱਟ ਆਫ ਕਰਦੇ ਹੋ ਬਟ ਆਈਵ ਆਲਸੋ ਸੀਨ ਮੈਨੀ ਪੀਪਲ ਵੀ ਵਿਦ ਦਿਸ ਇੰਡੀਪੈਂਡੈਂਸ ਉਹ ਵਿਗੜ ਜਾਂਦੇ ਨੇ ਹਨਾ ਲਾਈਕ ਤੁਹਾਨੂੰ ਪਤਾ ਕਾਲਜ ਦੇ ਵਿੱਚ ਅਲਕੋਹੋਲ plays a big role and mai bahut sare just sau munde nahi hai ke kudiyan dekhe ne vi us freedom to chakkar the vich academics are out of the door so it's very important vi jada to friend group hai for example mera friend group pangra friend group hai hana so per practice katthe jande ha hana we have to eat healthy so apa lunch vi katthe jande ha and after practice sanu pata pa padhai karni hai so we do padhai together does that make sense this so this makes sense apa ਇਸ ਤੋਂ ਬਾਅਦ ਅਗਲੀ ਜਰਨੀ ਅੱਗੇ ਲੈ ਕੇ ਚੱਲਾਂਗੇ ਕਿ ਭੰਗੜਾ ਗਰੁੱਪ ਜਿਵੇਂ ਦੱਸਿਆ ਔਰ ਹੋਰ ਵੀ ਉੱਥੇ ਕਲਚਰਲ ਗਰੁੱਪ ਨੇ ਇੱਕ ਛੋਟੀ ਜਿਹੀ ਬ੍ਰੇਕ ਲੈਣਾ ਔਰ ਬ੍ਰੇਕ ਤੋਂ ਬਾਅਦ ਅੱਗੇ ਚੱਲ
Welcome back, guys. Welcome back. Tusi dekh rahe ho Just Chill with Mr. and Family Gill. Gill family de naam tusi chill kar rahe ho aaj. ਔਰ ਬੜੀ ਅੱਛੀਆਂ ਸਾਦਗੀ ਦਿਲ ਨਾਲ ਅਸੀਂ ਗੱਲਾਂ ਸਾਂਝੀਆਂ ਕਰ ਰਹੇ ਹਾਂ ਅਸੀਂ ਸੋਚਿਆ ਕਿ ਜਿਹੜੀ ਮੁਸੀਬਤ 'ਚੋਂ ਜਾਂ ਜਿਹੜੇ ਹਰਡਲਸ ਤੋਂ ਅਸੀਂ ਗੁਜ਼ਰੇ ਹਾਂ ਕਿਉਂਕਿ ਅਸੀਂ ਫਸਟ ਟਾਈਮ ਆਪਣਾ ਬੱਚਾ ਕਾਲਜ ਭੇਜਿਆ ਸੀ ਉਸ ਤੋਂ ਪਹਿਲਾਂ ਕੋਈ ਬੱਚਾ ਹੀ ਨਹੀਂ ਹੋਰ ਹੈਗਾ ਇਹੀ ਬੱਚਾ ਫਸਟ ਅਤੇ ਬੜਾ ਟੈਨਸ਼ਨ 'ਚ ਵੀ ਸੀ ਐਜ਼ ਏ ਪੇਰੈਂਟ ਮੈਂ ਤਾਂ ਕਹਾਂਗੀ ਮੈਨੂੰ ਤਾਂ ਪਹਿਲੇ ਸਭ ਤੋਂ ਪ੍ਰੋਬਲਮ ਆਈ ਕਿ ਬੱਚਾ ਮੇਰਾ ਇਕੱਲਾ ਜਾ ਰਿਹਾ ਹਾਓ ਮਾਈ ਗਾਡ ਮੇਰਾ ਹਾਰਟ ਜਿਹੜਾ ਕਹਿੰਦਾ ਨਾ ਕਿ ਓਮੋਸਟ ਇਨ ਮਾਈ ਮਾਊਥ ਆਲ ਦਾ ਟਾਈਮ ਕਿ ਜਦੋਂ ਇਹ ਜਾਂਦੀ ਸੀ ਤੇ ਮੈਨੂੰ ਲੱਗਦਾ ਸੀ ਕਿ ਪਤਾ ਨਹੀਂ ਵਾਪਸ ਸਹੀ ਕਲਾਸ 'ਚ ਪਹੁੰਚ ਜਾਏਗੀ ਰਾਤ ਨੂੰ ਔਰ ਇਹ ਲੇਟ ਨਾਈਟ ਕਰਦੀ ਸੀ ਮੈਂ ਤੁਹਾਨੂੰ ਸੱਚ ਦੱਸ ਸਕਦਾ ਹਫ਼ਤਾ ਹੀ ਹੋਇਆ ਸੀ ਤੇ ਮੈਨੂੰ ਕਹਿੰਦੀ ਆਪਾਂ ਨਾ ਰਿਚਮੰਡ ਇੱਕ ਮਕਾਨ ਲੈ ਲਈਏ ਮੈਂ ਕਿਹਾ ਦੇਖ ਜੇ ਤਾਂ ਉਹ ਗਈ ਕਾਲਜ ਫਿਰ ਉਹਨੂੰ ਜਾ ਕੇ ਪੜ੍ਹਨ ਦਿਓ ਹਾਰਡ ਸੀਗਾ ਪੇਰੈਂਟਸ ਲਈ ਲੇਕਿਨ ਥੋੜ੍ਹਾ ਬਹੁਤ ਨਹੀਂ ਬਹੁਤ ਜ਼ਿਆਦਾ ਤੁਹਾਨੂੰ ਆਪਣੇ ਬੱਚੇ 'ਤੇ ਟਰੱਸਟ ਕਰਨਾ ਬਹੁਤ ਜ਼ਰੂਰੀ ਹੈ ਇਹ ਜਿਹੜਾ ਟਰੱਸਟ ਫੈਕਟਰ ਹੈ ਨਾ ਇਹ ਦੋਵੇਂ ਪਾਸਿਓਂ ਕੋਈ ਹਾਦਸਾ ਨਾ ਹੋ ਜਾਏ ਕੁਛ ਕੋਈ ਛੇੜਖਾਨੀ ਨਾ ਕਰ ਦੇ ਕੋਈ ਚੁੱਕੇ ਨਾ ਲੈ ਜੇ ਜਾਂ ਕੋਈ ਲੜਾਈ ਫਾਈਟ ਇਸ ਟਾਈਪ ਦੀ ਕੋਈ ਚੀਜ਼ ਨਾ ਹੋ ਜਾਏ ਜਾਂ ਸੈਕਿੰਡ ਜਿਹੜਾ ਸੀਗਾ ਸੈਕਿੰਡ ਡਰ ਜਿਹੜਾ ਕਹਿ ਸਕਦੀ ਹਾਂ ਕਿ ਡਰੱਗ ਅਲਕੋਹੋਲ ਸੋ ਇਸ ਦੋ ਚੀਜ਼ਾਂ ਦਾ ਸਭ ਤੋਂ ਜ਼ਿਆਦਾ ਡਰ ਹੁੰਦਾ ਕਿ ਇਹ ਐਸੀ ਚੀਜ਼ਾਂ ਨੇ ਕਿ ਬੱਚੇ ਆਪਣੇ ਫਰੈਂਡ ਸਰਕਲ ਨਾਲ ਅਫਕੋਰਸ ਕਿਉਂਕਿ ਤੁਸੀਂ ਜਦੋਂ ਡੋਮ 'ਚ ਰਹਿੰਦੇ ਹੋ ਵਾਪਸ ਅਸੀਂ ਕਾਲਜ ਦੇ ਟੋਪਿਕ 'ਤੇ ਵਾਪਸ ਆਵਾਂਗੇ ਜਦੋਂ ਤੁਸੀਂ ਡੋਮ 'ਚ ਰਹਿੰਦੇ ਹੋ ਉਹ ਤੁਹਾਡਾ ਜਿਹੜਾ ਪਾਰਟਨਰ ਹੈ ਉਹ ਜ਼ਰੂਰੀ ਨਹੀਂ ਕਿ ਦੇਸੀ ਹੋਵੇ ਕਿਉਂਕਿ ਉਹ ਜਿਹੜਾ ਪੂਰਾ ਸੈਕਸ਼ਨ ਹੈ ਤੁਹਾਡਾ ਤੇਰੇ ਸੈਕਸ਼ਨ 'ਚ ਕਿੰਨੇ ਕਮਰੇ ਨੇ ਸੋ ਜਿਹੜਾ ਮੈਂ ਪਿੱਕ ਕੀਤਾ ਆਪਣੇ ਆਪ ਵਾਸਤੇ ਚਾਰ ਕਮਰੇ ਨੇ ਦੋ ਕਮਰੇ ਕਨੈਕਟਡ ਬਾਈ ਬਾਥਰੂਮ ਐਂਡ ਦੋ ਕਮਰੇ ਕਨੈਕਟਡ ਬਾਈ ਬਾਥਰੂਮ ਸੋ ਹਾਊ ਮੈਨੀ ਰੂਮ ਯੂ ਗਾਇਸ ਸ਼ੇਅਰ ਵਿਦ ਵਨ ਐਂਡ ਦੈਨ ਵਨ ਲਿਵਿੰਗ ਰੂਮ ਐਂਡ ਫਿਰ ਉਹ ਲਿਵਿੰਗ ਰੂਮ ਦੇ ਵਿੱਚ ਦਰਵਾਜ਼ਾ ਵੀ ਤੁਸੀਂ ਹਾਲਵੇ 'ਤੇ ਜਾ ਕੇ ਐਲੀਵੇਟਰ ਉੱਪਰ ਥੱਲੇ ਸੋ ਜਿਹੜੀ ਮੇਰੀ ਰੂਮਮੇਟ ਹੈ ਉਹ ਗੋਰੀ ਆ ਐਂਡ ਜਿਹੜੇ ਮੇਰੇ ਦੂਜੇ ਟੂ ਸਵੀਟਮੇਟਸ ਨੇ ਉਹ ਵੀ ਗੋਰੇ ਹੈਗੇ ਨੇ ਐਂਡ ਮੈਂ ਆਪਣੇ ਰੂਮਮੇਟ ਨੂੰ ਚੂਜ਼ ਕਰ ਸਕਦੀ ਹਾਂ ਬਟ ਮੈਂ ਉਹ ਦੂਜੇ ਦੋਨੋਂ ਨੇ ਚੂਜ਼ ਕਰ ਸਕਦੀ ਹਾਂ ਉਹ ਫਰੈਸ਼ਮੈਨ ਕੈਂਟ ਮੈਂ ਹੁਣ ਸਾਫਮੋਰ ਬਣਨ ਲੱਗੀ ਹਾਂ ਐਂਡ ਹੋਪਫੁਲੀ ਇਹ ਪਲੈਨ ਹੈ ਵੀ ਮੈਂ ਫਿਰ ਤੋਂ ਡੋਰਮ ਦੇ ਵਿੱਚ ਰਹਾਂ ਬਟ ਜੋ ਤੁਸੀਂ ਇੱਕ ਸਾਲ ਹੋਰ ਵੱਡੇ ਹੋ ਜਾਂਦੇ ਹੋ ਫਿਰ ਯੂਨੀਵਰਸਿਟੀ ਤੁਹਾਨੂੰ ਫਰੀਡਮ ਦੇ ਦਿੰਦਾ ਵੀ ਤੁਸੀਂ ਕਿਹੜੇ ਦੂਜੇ ਲੋਕ ਨਾਲ ਤੁਸੀਂ ਰਹਿਣਾ ਚਾਹੁੰਦੇ ਹੋ ਸੈਂਸ ਸੋ ਇਹ ਕੁੜੀਆਂ ਵੀ ਹੋ ਸਕਦੀਆਂ ਨੇ ਇਹ ਮੁੰਡੇ ਵੀ ਹੋ ਸਕਦੇ ਨੇ So, ਇੱਕ ਰੂਲ ਹੈ ਵੀ ਜੇ ਮੈਂ ਤਿੰਨ ਬੰਦੇ ਨਾਲ ਰਹਿਣਾ ਦੇ ਹੈਵ ਟੂ ਬੀ ਦਾ ਸੇਮ ਜੈਂਡਰ ਐਸ ਮੀ ਸੋ ਬੇਸਿਕਲੀ ਅਗਰ ਇੱਕ ਕੁੜੀ ਤੇ ਦੂਜੀਆਂ ਦੋ ਕੁੜੀਆਂ ਰੂਮਮੇਟ ਹੋਣ ਯੈਸ ਯੂ ਕੈਨ ਨਾਟ ਹੈਵ ਇੰਟਰ ਵੈਰੀ ਰੇਅਰ ਨੇ ਜੇ ਐਲ ਜੀ ਬੀ ਟੀ ਕਿਊ ਕਮਿਊਨਿਟੀ ਆ ਬਸ ਉਹਨੇ ਨੂੰ ਇਹ ਰਿਸਟ੍ਰਿਕਸ਼ਨ ਅਪਲਾਈ ਨਹੀਂ ਕਰਦੀ ਬਟ ਉਹਨੇ ਦਾ ਸੈਕਸ਼ਨ ਸੈਪਰੇਟ ਹੈ ਸੈਕਸ਼ਨ ਹੀ ਸੈਪਰੇਟ ਲਾਈਕ ਆਈ ਥਿੰਕ ਫਲੋਰ ਸੈਪਰੇਟ ਨੇ ਉਹਨਾਂ ਦਾ ਫਲੋਰ ਸੈਪਰੇਟ ਯਾ ਲੇਕਿਨ ਇਹ ਤਾਂ ਮੈਂ ਦੇਖਿਆ ਕਿ ਇਵਨ ਕਿ ਬਿਲਡਿੰਗ ਇੱਕ ਹੈ ਲੇਕਿਨ ਇੱਕ ਸੈਕਸ਼ਨ ਮੁੰਡਿਆਂ ਦਾ ਇੱਕ ਕੁੜੀਆਂ ਦਾ ਸੋ ਦੋ ਟਾਈਪਸ ਆਫ ਡੋਰਮ ਨੇ ਜਿਹੜਾ ਮੇਰਾ ਨਾਨ ਟ੍ਰੈਡੀਸ਼ਨਲ ਆ ਸੋ ਜਿਹੜਾ ਮੇਰਾ I guess room keh sakde ho vi darwaja jande ho for living room and char room so onu aap ek vadda ja room kehange sada next door neighbor munde ne and so vice versa but je dujja hai vi tusi ek room do roommates and sare bathroom share karde ho o floor based sare girl floor okay, for next sorry. floor boys is tarah okay chalo assi hun apne wapas so tere jehde 8 kudiyan ne sab goriyan ne yes ਇੱਕ ਹੈਗੀ ਹੈ ਮਿਡਲ ਈਸਟਰਨ ਰੈਸਟ ਕੋਰੇ ਸੋ ਬਾਕੀ ਜਿਹੜੀ ਦੇਸੀ ਬੱਚੇ ਹੋਰ ਉੱਪਰ ਥੱਲੇ ਆ ਗਏ ਸੋ ਹਾਂ ਸੋ ਦੇਸੀ ਬੱਚੇ ਬੋਥ ਨੇ ਮੈਂ ਨੋਟਿਸ ਨਹੀਂ ਕੀਤਾ ਵੀ ਕਿੰਨੇ ਦੇਸੀ ਸੀ ਮੇਰੇ ਡੋਰਮ ਦੇ ਵਿੱਚ ਇੰਟਿਲ ਮੈਂ ISA ਜੋ ਇੰਡੀਅਨ ਸਟੂਡੈਂਟ ਐਸੋਸੀਏਸ਼ਨ ਹੈ ਐਂਡ ਗੁਰਬਾਣੀ ਕਲਾਸ ਵੀ ਆਪਾਂ GM ਦੇ ਵਿੱਚ ਪਾ ਲੈਂਦੇ ਹਾਂ ਵੀ ਓ ਗੋਇੰਗ ਟੂ ਦ ਮੀਟਿੰਗ ਹੂ ਵਾਂਟਸ ਟੂ ਵਾਕ ਵਿਦ ਮੀ ਬਿਕਾਜ਼ ਯੂਜ਼ਲੀ ਰਾਤ ਦੇ ਵਿੱਚ ਮੀਟਿੰਗਸ ਹੁੰਦੇ ਨੇ like 7-8 baje and so we like to walk in groups cuz Richmond and so GM the which padan there and then you walk together and for those you notice kar the we wow there's so many desis in Brandt or something like desi that desi arpa se chhaye hoye ne ji yeah acha so basically utthe Indian association bhi hai so agar utthe kar Muslim log hai gane te fir Muslim association bhi yes there's Bengali there's Well, each religion has an association and each culture has an association. So, Sikh Student Association via, Indian Student Association via, Muslim Student Association, Pakistani Student. So, there's Gurbani bhi hai, Pangra bhi hai. Haan ji. Dandiya bhi hai. Yeah. Ras team bhi hota hai. That's very nice. Mm-hmm. Achha. So, hun tu first semester ch, padhai kivein sikhi?
So first semester de vich I was very excited to go to college, you know, oh mindset baneya hunda vi like main A's lekke aana, I'm so excited, you mm-hmm. know. So you do very well, motivation both high hai, and classes in a hard nahi hai because tusi freshman ho, intro classes ne. Mind you, main AP classes high school de vich lekke both sare intro classes nu main cut out karte. That's another way to save money, by the way. AP classes, what are the same? So AP classes, ithe Virginia the vich high schools din dene, which is advanced placement, meaning college credit classes. So I can take college credit classes free the vich in school. High school. Sorry, AP jodi class ne, mm-hmm. 9th, 10th, 11th, 12th, charo grade chane? So each school different hai, jera main high school gayi hai Patriot. Freshman year, matlab pehla saal, we weren't allowed to take AP okay. classes because apa adjust ho rahe hain. Sophomore year, apa only ek le sakde si. Dasvin le vich. Fir again, 11th and 12th le vich, you can take as many. Mm-hmm. But so, oh, bhi hard hai. Mm-hmm. Basically, college da tusi credit mil jande na tuhanu. Haan. So, I saved a lot of money because each class roughly hega about like $300 plus of the exams are $100. So, about each class, $400 the one that and the government's paying for the AP classes. That's so, free the vich mil credits knockout karte. So, yes, mein pehla semester thoda hard si because thode advanced classes ledi si mein do tin saal above me, mm-hmm. but still pretty easy. But when second semester de vich aa rahi haan and class is hard and the weather is cold, so tusi bahar nahi jana chahunde. And plus, honi ek mahine tusi ghar spend karde ho, and you get very homesick. Mm. You're very used to, like, you know, 8 baje ke, like, mom's gonna be like, oh, dinner's ready, you know? And all of a sudden, tusi vapas college de vich jaande ho, it's cold, you have to walk to get your food. Thoda jeene karda padhai karan waste, but you have to, so it's very hard to readjust. Like, thoda motivation bahut low hunda. Ode waste ki karna chahida? So, for that, main vapas ghar aayi, ate some good food, vapas remind kita bhi why I'm going to college, you know. Main apne nani maa nu FaceTime kita, and just talking to family, vapas oh mindset vapas leke aandi hai bhi why you're doing this. Yeah, bhi why you're doing this. And so, with that, you go back with motivation. So, parents are bahut zaruri hai ke bachche nu ek main hamesha Moni naal gal karna hona ke assi 66 te drive karne hai thodi thodi der baad speed sign aanda 55 sanu pata assi 20 saal ho gaye gaddi chala rahe itho DC sanu pata 55 speed lekin baar baar sign is karke aanda hega tanu kithe na kithe je tode mind chu nikal gaya tanu ek picture aa jandi ke bhai this is the sweet side. Human nature hai na jehda oh bada chanchal hai, so oh badi jaldi is tarah di cheezan jithe restrictions honna bhulna chahunda hai kyunki of course kyunki utte restrictions hai. So oh agar baar baar sign aanda hai na te oh tanu yaad aanda hai okay I have to check my speed kyunki jab main young sigi main 19 aur 20 sigi jab main gaddi chalani sikhi mere dad ne chalani sikhayi aur main first car hi meri sports car sigi kyunki main I was working and I was making good money. ते मैं क्या मैं हूँ अगर गड्डी लेनी है तो मैं स्पोर्ट्स कार ही लेनी है ते स्पोर्ट्स कार और यंग एज इज डेडली कॉम्बिनेशन ते मैं बहुत स्पीड नाल चलाती सी और बढ़िया सारी टिकटा मिलती हैं और काफ़ी बार मरदे भी बची हैं क्योंकि वो एज ही ऐसी है हौली हौली तुम सीखते हो कि यू नो यू हैव टू कंट्रोल योर सैल्फ तो पुलिस या रूल्स ने वो साडे वास्ते ही ने सानू कंट्रोल करने वास्ते ने सो बेसिकली अगर वो असी जिहड़ा तुसी क्वेश्चन सीगा तुहाडा कि पेरेंट्स का जॉब है वो यही समझाना कि यू नो फोकस ऑन योर स्टडी आपा ना देसी पेरेंट है ते मैं पिछे जे इनु लेन जा रहा सीगा फ्राइडे नु तो मैं अपने दोस्त नु कॉल की थी गोरा है से कहंदा तू किथे जा रहा मैं रिचमंड जा रहा अपनी बेटी नु लेन कहंदा तू 2 घंटे ड्राइव करके जाना है 2 घंटे ड्राइव करके आना है तू नु उठो क्यों नहीं कहंदा बस चढ़ जावे $20 लगेंगे मैं कह यार असी ओहो जे नहीं हैगे ਸਾਨੂੰ ਸਾਡੇ ਪੇਰੈਂਟਸ ਨੇ ਸਾਡੇ ਨਾਲ ਇੰਝ ਨਹੀਂ ਕੀਤਾ ਇਹ ਜਿਹੜਾ 2 ਘੰਟੇ ਜਾ ਕੇ ਉਹ 2 ਘੰਟੇ ਨਾਲ ਗੱਲਾਂ ਕਰਦੇ ਕਰਦੇ ਵਾਪਸ ਆਉਣਾ ਜਾਂ ਇਹਨੂੰ ਕਹਿਣਾ ਕਿ ਇੱਕ ਦਿਨ ਰੁਕ ਜਾ ਸਵੇਰੇ ਸਵੇਰੇ ਅਰਲੀ ਮਾਰਨਿੰਗ ਛੱਡਾਂਗੇ ਇਹੀ ਟਾਈਮ ਇਹੀ ਸਮਾਂ ਸਾਡੇ ਕੋਲ ਹੈ ਮੋਸਟ ਕੰਫਰਟ ਵੀ ਕੈਨ ਪ੍ਰੋਵਾਈਡ ਬੇਸਿਕਲੀ ਇਹੀ ਸਮਾਂ ਕਿਉਂਕਿ ਬੱਚੇ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਕਦੋਂ ਵੱਡੇ ਹੋ ਗਏ ਔਰ ਜਿੰਨਾ ਹੋ ਸਕੇ ਆਪਣੀ ਫੈਮਲੀ ਨਾਲ ਟਾਈਮ ਸਪੈਂਡ ਕਰੋ ਆਪਣੀ ਫੈਮਿਲੀ ਦਾ ਮਾਹੌਲ ਠੀਕ ਰੱਖੋ ਬੱਚਿਆਂ ਦਾ ਮਾਹੌਲ ਠੀਕ ਰੱਖੋ ਆਸ-ਪਾਸ ਦਾ ਮਾਹੌਲ ਠੀਕ ਰੱਖੋ ਇਹ ਤੇ ਮਾਹੌਲ ਦੀ ਗੱਲ ਹੋ ਗਈ ਤੇ ਪੇਰੈਂਟਸ ਦੀ ਗੱਲ ਹੋ ਗਈ ਪੇਰੈਂਟਸ ਫਿਰ ਵੀ ਬੜੇ ਐਡਜਸਟੇਬਲ ਹੁੰਦੇ ਨੇ
as a kid. Yes. ਸਭ ਤੋਂ ਜ਼ਿਆਦਾ ਪ੍ਰੋਬਲਮ ਜਿਵੇਂ ਵਾਪਸ ਉਸੇ 'ਤੇ ਆਉਂਦੇ ਹਾਂ ਕਿ ਅਫਕੋਰਸ ਹੋਮਸਿਕ ਤਾਂ ਹੁੰਦਾ ਹੀ ਹੈ, ਐਜ਼ ਏ ਰੂਮਮੇਟਸ ਨਾਲ ਪ੍ਰੋਬਲਮ ਆਉਂਦੀ ਹੈ ਕਿ ਯੂ ਬਿਨ ਲੱਕੀ? ਸੋ I had a very different experience. okay, so pehle roommate nu je mere roommate si mere dost si, and so we knew each other, sanu pata si ek dooje da habits since kindergarten, since preschool, even before that. Yeah. And so apa roommates ban gaye, but classes jaake she found out that college wasn't for her, which is totally fine for some people. College nahi hone waste no electricians bandne and other jobs hai kene, but she knew that 4-year university wasn't for her, so she dropped out. And fir for chaar hafte mera room khali, so I was lucky, I was blessed. And fir mainu ek navi roommate assign hui jinu mainu kuch pata nahi si ve the habits ki si unu ki pasand hana. So it was at first very difficult because all of a sudden I went from like kisino jo main jaan diya to by myself to a stranger, and it was very hard at first adjust karne waste, especially since oda schedule mera schedule bilkul opposite si. Mere sare morning classes si aur oda sare night classes si, so morning the vich oh pareshan ho jandi hai when she hears my alarms, yeah. And aati main pareshan ho jandi hai when I hear her studying late at night, yeah. So finally second semester the vich sare dono schedule sync up hoke, but it takes a lot of time to adjust to a person. We all the habits kine hana mainu pata oda habit she doesn't like making the bed, but like oh vacuum kar lendi hai. Mera habit hai main sab kuch saaf rakh diya, but jinne mein cups hunde ne sink de takes me a couple of days to wash them because I don't like washing the dishes. Main rinse karke rakh lendi hai hana. So after a while a habit ek dooje de adopt karne adopt karna, and it's weird because it's stranger, so at first you're uncomfortable to see bathroom jaane ho change karne waste hana, and now it's like, you know, living with a family sister, member or a sister, we like to see khule aam sab kuch kar sakte ho, but it takes time. And she's pretty tall, she's 6 feet tall. So I reach the short stuff and she reaches the tall stuff. So eh vi bachche nu matlab bahut support di lod hai kyunki ek ta kisi stranger naal reh rahe hote hain aur oh acha bhi lag raha hai kyunki as a young child onu bhi lagda hai ki oh finally freedom, mainu time restriction nahi hai ki aana kar aana kha aana pa, aur dusra eh ki us to baad oh stress de vich hai ki oh hun main kalli jana hai kalli aana hai kitna na kitne dimag ch ohde of course hunda hoyega safety leke, us to baad ghar aaye te dekhya ne oh my god mere kamre ch gand paya hoya, right? So badhiya ho jee cheezan hon gaya lekin ghabrana nahi hai, yeah hala ohde waste ki karna hai ohde waste. So whenever ek issue on this we were very open about it, apa ek dooje nu respectfully das dene, and the main thing is we like respect, we je tusi respect deoge apa roommate nu you're going to get respect back. Yes, same thing, family too. So you have to be very respectful, you can't be like oi why didn't you wash the dishes or something like that. You can be like hey, like next time when you, you know, drink your coffee, just wash your dish immediately or something like that. That's good. That's good. Chalo fir eh ta hoya, us to baad eh te ho gayi sari padhai diyan gallan. Yes. Hun kuch mazedar gallan kare. Sure. Te aapas ch jivein every day, every single day jadon wapas aani hai te aapas ch tusi jehde desi friends ho, bhangra group hai haan ji, ya tade jehde bade nave veer ji bade ne bahut sare, acha so ohna naal kidda mulaqat hui aur kis tarah tusi hang out karde ho, kis tarah tusi fun karde ho? So a lot of jehde mere older friends ne, for example Anith main already itho jaandi si, but jida Gurdeep veer ji ho gaya oh mainu bhangre to mile ne, and so wapas jo apa hasti jawani bhangra kare si fir to apa close ho gaye, cuz you're doing 3-hour practices 3 times a week. Obviously to separate teammates the not close hunde ho, and jehde older friends hunde ne ek aaj a bond a janda vi, like it's almost protective, we jo tusi bar jande ho or parties te jande ho hana, they're always on the lookout, they're the ones vi hamesha thode jyada sober rehnde ne or bilkul sober rehnde ne hana, they're the ones who call the Uber or make the decisions jo do vi problems arise ho fe, you know. So best part ki lagda college da, being free, I think, being adult, I think the best part would be, I don't know, do whatever you wanted to do. Not well, you can't,
thing is, haan main kar sakdi haan, but I can't. Does that make sense? Like, in the mornings, I could skip my classes, especially since attendance nahi lande, but I don't. Does that make sense? Because I think the best thing about college is we jede lessons tusi apne parents to learn karde ho, tusi apply kar sakte ho real life de vich. I think that's the best thing that I've learned so far. Yeah, tusi education to chija learn karde ho, but it's the social things that are more valuable, hana. I have 3 hours left. Should I do laundry and go to Gurbani class, or should I watch Netflix all day? And for tusi wapas puchde ho, did I spend thousands of dollars to watch Netflix all day? Mm-hmm. And then you're like, no. And then for tusi organizations the jante ho, and tusi gym the jante ho, hana. Only reason main gym te jandi hai is because mainu pata main paise bhare hui hai tuition de naal, and that's why I go to the gym. Kuldeep, tade koi question hai ne? Sare jawab pe hi ho rahe hain sab kuch. Yeah. Question ehi hai ki bacche college janda jinna da hun time hai ga. Spend as much time as you can. Ask question to teachers. Ek cheez wapas nahi aayi, and that's time. Yeah. ਬੱਚਿਆਂ ਨੂੰ ਵੀ ਹੁਣੇ ਤੋਂ ਹੀ ਸਹੀ ਗਾਈਡ ਵਾਲੇ ਪਾਸੇ ਲਓ, ਜਿਵੇਂ ਮੈਂ ਦੱਸਿਆ ਕਿ ਪੇਰੈਂਟਸ ਨੀਵ ਰੱਖਦੇ ਨੇ, ਬੱਚੇ ਅੱਗੇ ਚੱਲਦੇ ਨੇ, ਫਿਰ ਅੱਗੇ ਬੱਚੇ ਨੀਵ ਰੱਖਦੇ ਨੇ, ਫਿਰ ਪੇਰੈਂਟਸ ਚੱਲਦੇ ਨੇ, ਇਹ ਘੁੰਮਦੀ ਫਿਰ ਜੀ। ਮੈਨੂੰ ਇੱਕ ਗੱਲ ਯਾਦ ਆਈ ਹੈ ਤੇ ਮੈਂ ਐਡੀਸ਼ਨ ਕਰਨਾ ਚਾਹਾਂਗੀ, ਸਾਡਾ ਆਲਮੋਸਟ ਟਾਈਮ ਖਤਮ ਹੋ ਰਿਹਾ ਸ਼ੋਅ ਦਾ। ਡਰ ਜ਼ਰੂਰ ਲੱਗਦਾ ਹੈ ਬੱਚੇ ਨੂੰ ਦੂਰ ਭੇਜਦੇ ਹੋਏ, ਮੇਰੇ ਤੋਂ ਜ਼ਿਆਦਾ ਕੌਣ ਜਾਣ ਸਕਦਾ ਐਜ਼ ਏ ਮਦਰ, ਔਰ ਕਿਉਂਕਿ ਮੈਂ ਬਹੁਤ ਕਲੋਜ਼ ਹਾਂ ਆਪਣੇ ਕਿਡਸ ਦੇ। ਔਰ ਦੂਸਰਾ ਹੈ ਕਿ ਇੱਕ ਗੱਲ ਮੈਂ ਕਿਸੇ ਨਾਲ ਕੀਤੀ ਸੀ, ਮੇਰੇ ਭਰਾ ਹੀ ਬਣੇ ਹੋਏ ਨੇ, ਅਤੇ ਮੈਂ ਉਹਨਾਂ ਨੂੰ ਕਿਹਾ ਕਿ ਬੜੇ ਸਾਰੇ ਮੇਰੇ ਫਰੈਂਡਸ ਦੇ ਬੱਚੇ ਲੋਕਲ ਸਕੂਲਾਂ 'ਚ ਜਾ ਰਹੇ ਨੇ, ਕਾਲਜ 'ਚ ਜਾ ਰਹੇ ਨੇ, ਪਰ ਮੇਰੀ ਬੇਟੀ ਦੂਰ ਜਾਣਾ ਚਾਹ ਰਹੀ ਹੈ, ਮੈਂ ਕਨਫਿਊਜ਼ ਹਾਂ ਕਿ ਮੈਂ ਉਹਨੂੰ ਭੇਜਿਆ ਕਿ ਨਹੀਂ। ਅਤੇ ਮੇਰੇ ਉਸ ਭਰਾ ਨੇ ਮੈਨੂੰ ਇਹ ਸਲਾਹ ਦਿੱਤੀ ਕਿ ਲੈਟ ਹਰ ਗੋ, ਜੇ ਉਹ ਪੜ੍ਹਦੀ ਹੈ, ਜੇ ਉਹ ਪੜ੍ਹਾਈ 'ਚ ਅੱਛੀ ਹੈ, ਫਿਰ ਉਹਨੂੰ ਜਾਣ ਦੇ, ਕਿਉਂਕਿ ਜੇ ਪੜ੍ਹਾਈ 'ਚ ਅੱਛੀ ਹੈ ਨਾ, ਉਹਨੇ ਉੱਥੇ ਵੀ ਕਰ ਲੈਣਾ। ਕਹਿੰਦਾ ਫਰੀਡਮ ਤਾਂ ਉਹਨੂੰ ਇੱਥੇ ਵੀ ਮਿਲੂਗੀ, ਕਿਉਂਕਿ ਬਾਹਰ ਜਾਊਗੀ, ਦੋਸਤ ਬਣਾਓਗੇ, ਫਰੈਂਡਸ ਬਣਾਓਗੇ, ਔਰ ਰਿਗਾਰਡਲੈਸ ਕਿਡਸ ਵਿਲ ਹੈਵ ਫਨ, ਯੂ ਨੋ, ਕਿਡਸ ਵਿਲ ਡੂ ਥਿੰਗਸ, ਵਟਐਵਰ, ਦੇ ਫਾਈਂਡ ਅ ਵੇ, ਦੇ ਫਾਈਂਡ ਅ ਵੇ, ਕਿ ਜੋ ਜੋ ਉਹਨਾਂ ਨੇ ਕਰਨਾ ਹੈ ਉਹ ਉਹਨਾਂ ਨੇ ਕਰਨਾ ਹੀ ਹੈ, ਜੇ ਨਹੀਂ ਕਰਨਾ ਤਾਂ ਉਹਨਾਂ ਨੂੰ ਕੋਈ ਪੁੱਛ ਨਹੀਂ ਕਰ ਸਕਦਾ ਜ਼ਬਰਦਸਤੀ। ਅਤੇ ਉਹ ਕਹਿੰਦੇ ਕਿ ਅਗਰ ਲੋਕਲ ਸਗੋਂ ਕਈ ਵਾਰੀ ਜੋ ਬੱਚਿਆਂ ਦਾ ਦਿਮਾਗ ਭਟਕ ਜਾਂਦਾ ਕਿ ਅਸੀਂ ਜ਼ਬਰਦਸਤੀ ਉਹਨਾਂ ਨੂੰ ਫੋਰਸ ਕਰਦੇ ਹਾਂ ਕਿ ਨਹੀਂ ਤੂੰ ਇੱਥੇ ਹੀ ਰਹਿ, ਇੱਥੇ ਰਹਿ, ਕਹਿੰਦੇ ਕਿ ਪੜ੍ਹਨਾ ਕੁਛ ਹੋਰ ਚਾਹੁੰਦੇ ਆ, ਲੇਕਿਨ ਸੰਗਤ ਕਰਕੇ ਫਿਰ ਉਹ ਉਹਨਾਂ ਦਾ ਕਲਾਸ ਜਾਂ ਕਾਲਜ, ਜਿਵੇਂ ਸਾਦਗੀ ਦੀ ਇੱਕ ਫਰੈਂਡਸ ਜਿਹੜੀ ਡੋਮ ਛੱਡ ਕੇ ਚਲੀ ਗਈ ਸੀ, ਉਹਨੇ ਉਹਨੂੰ ਲੱਗਿਆ ਕਿ ਨੋ ਸਟੱਡੀ ਇਜ਼ ਨਾਟ ਫੋਰ ਮੀ, ਜਾਂ ਮੇਰੇ ਵਾਸਤੇ ਕਾਲਜ ਨਹੀਂ ਹੈ, ਕਿਉਂਕਿ ਉਹ ਇੰਨਾ ਪ੍ਰੈਸ਼ਰ ਨਹੀਂ ਲੈ ਪਾਈ, ਯੂ ਨੋ। ਸੋ ਉਹੀ ਚੀਜ਼ ਹੈ ਕਿ ਬੱਚੇ ਪ੍ਰੈਸ਼ਰ ਲੈ ਲੈਂਦੇ, ਸੋ ਮਕਸਦ ਇਹੀ ਹੈ ਕਿ ਲਿਸਨ ਟੂ ਯੋਰ ਕਿਡਸ, ਗਿਵ ਦਮ ਅ ਚਾਂਸ। ਵਨ ਮੋਰ ਥਿੰਗ ਆਈ ਵਾਂਟ ਟੂ ਐਡ ਇਜ਼ ਇਟਸ ਵੈਰੀ ਇੰਪੋਰਟੈਂਟ ਵੀ ਐਜ਼ ਪੇਰੈਂਟਸ ਤੁਸੀਂ ਆਪਣੇ ਬੱਚੇ ਨੂੰ ਟਰਸਟ ਕਰੋ, ਇੱਕ ਓਪਨ ਲਾਈਨ ਆਫ ਕਮਿਊਨੀਕੇਸ਼ਨ। ਪਹਿਲਾਂ ਮੈਨੂੰ ਪਤਾ ਸੀ ਵੀ ਲਾਈਕ ਤੁਸੀਂ ਡਰਦੇ ਹੁੰਦੇ ਸੀ ਮੇਰੇ ਬਾਰੇ, ਸੋ ਤੁਸੀਂ ਓਪਨਲੀ ਇਨ ਅ ਵੈਰੀ ਰਿਸਪੈਕਟਫੁਲ ਅਡਲਟ ਵੇ ਤੁਸੀਂ ਮੈਨੂੰ ਦੱਸਿਆ ਵੀ ਲਾਈਕ ਮੈਂ ਅਨਕੰਫਰਟੇਬਲ ਫੀਲ ਹੁੰਦੀ ਹਾਂ, ਜੋ ਮੈਨੂੰ ਪਤਾ ਨਹੀਂ ਵੀ ਤੂੰ ਘਰ ਹੈਗੀ ਹੈ ਜਾਂ ਨਹੀਂ। ਸੋ ਯੂਜੁਅਲੀ ਪੇਰੈਂਟਸ ਆਪਣੇ ਬੱਚੇ ਦੇ ਟਰੈਕਿੰਗ ਡਿਵਾਈਸ ਲਾਉਂਦੇ ਨੇ, ਮੈਂ ਆਪਣੇ ਪੇਰੈਂਟਸ ਦੇ ਟਰੈਕਿੰਗ ਡਿਵਾਈਸ ਲਾਏ ਵੀ, ਨਾ ਤੁਹਾਨੂੰ ਪਤਾ ਵੀ ਮੈਂ ਕਿੱਥੇ ਹਾਂ 24/7 ਲਾਈਫ 360। ਸੋ ਗੁੱਡ ਥਿੰਗ ਅਬਾਊਟ ਲਾਈਫ 360 ਇਜ਼ ਉਹ ਦੱਸ ਦਿੰਦਾ ਤੁਹਾਡਾ ਲੋਕੇਸ਼ਨ ਕੀ ਹੈ ਐਂਡ ਕਿਹੜਾ ਪਾਥ ਤੁਸੀਂ ਲਿਆ ਉੱਥੇ ਜਾਣ ਵਾਸਤੇ। ਸੋ ਇੱਕ ਗਰੁੱਪ ਹੈਗਾ ਮੇਰਾ family, and usually jo college bachche ne oh block kitte hoye apne parents nu, but main nahi kitta, cuz jo bhi main kardi ha main hamesha maa nu dass ke kardi ha, aur je main kithe bahar ja rahi ha main maa nu dass dindi ha vi main itthe ja rahi ha and is waqt main hungi, and so at least maa nu pata hove vi main kithe ha and main ki kar rahi ha utthe ja ke. Does that make sense? Yeah. But most kids don't do that, so at least unhan nu agar kids nahi bhi share karna chahnde apne parents nal, ਦੋਸਤ ਨਾਲ ਇਟਸ ਓਕੇ, ਤੇ ਐਟ ਲੀਸਟ ਫਰੈਂਡਸ ਨਾਲ ਜ਼ਰੂਰ ਜ਼ਰੂਰ ਆਪਣੀ ਲੋਕੇਸ਼ਨ ਸ਼ੇਅਰ ਕਰੋ, ਕਿਉਂਕਿ ਬਹੁਤ ਸਾਰੇ ਐਸੇ ਹਾਦਸੇ ਹੁੰਦੇ ਨੇ ਕਿ ਕੁੜੀਆਂ ਨੂੰ ਡਰੱਗ ਕਰ ਦਿੱਤਾ ਜਾਂਦਾ ਹੈ ਜਾਂ ਵਾਇਸਾ ਵਰਸਾ ਮੁੰਡਿਆਂ ਨੂੰ ਵੀ ਅੱਜ ਕੱਲ੍ਹ ਕਰ ਦਿੱਤਾ ਜਾਂਦਾ, ਤੇ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਹਨਾਂ ਨਾਲ ਕੀ ਹੋਇਆ ਕੀ ਨਹੀਂ। ਸੋ ਜਸਟ ਸੇਫਟੀ, ਯੂ ਨੋ, ਜਸਟ ਓਪਨ ਯੋਰ ਆਈਜ਼ ਔਰ ਸਮਾਰਟ ਰਹੋ, ਅਲਰਟ ਰਹੋ, ਜਿਵੇਂ ਸਾਡੇ ਪੇਰੈਂਟਸ ਨੂੰ ਸਾਨੂੰ ਗਾਈਡ ਕੀਤਾ ਸੀ। ਕੋਸ਼ਿਸ਼ ਕਰਦੇ ਹਾਂ ਕਿ ਇਸ ਕੰਟਰੀ 'ਚ ਤਾਂ ਐਜੂਕੇਸ਼ਨ ਵੱਧ ਹੈ, ਸਾਡੀ ਕੰਟਰੀਆਂ 'ਚ ਤਾਂ ਇੰਨਾ ਨਹੀਂ ਸਿਖਾਇਆ ਜਾਂਦਾ ਸੀਗਾ, ਲੇਕਿਨ ਇਸ ਕੰਟਰੀ 'ਚ ਤਾਂ ਬਹੁਤ ਅੱਛੇ ਸਾਡੀ ਕੰਟਰੀ 'ਚ ਵੀ ਐਜੂਕੇਸ਼ਨ ਹੈ, ਸਿਖਾਇਆ ਜਾਂਦਾ ਹੈ। ਆਲ ਇਸ ਹਾਊ ਪੇਰੈਂਟਸ ਐਂਡ ਕਿਡਸ ਦੇ ਟੂ ਟਾਕ ਟੂ ਈਚ ਅਦਰ, ਦਿਸ ਇਜ਼ ਦਾ ਮੇਨ ਥਿੰਗ, ਚਾਹੇ ਇੰਡੀਆ ਹੈ, ਚਾਹੇ ਪਾਕਿਸਤਾਨ ਹੈ, ਚਾਹੇ ਇੱਥੇ ਹੈ, ਜੇ ਪੇਰੈਂਟਸ ਔਰ ਬੱਚੇ ਦਾ ਕਮਿਊਨੀਕੇਸ਼ਨ ਕਿਹੋ ਜਿਹਾ, ਜੇ ਕਮਿਊਨੀਕੇਸ਼ਨ ਸਹੀ ਹੈ
ਆਰਗਿਊ ਜ਼ਰੂਰ ਹੁੰਦੀ ਹੈ ਕਿਉਂਕਿ ਅਫਕੋਰਸ ਸਾਡੀ ਜਨਰੇਸ਼ਨ ਔਰ ਇਸ ਜਨਰੇਸ਼ਨ 'ਚ ਬੜਾ ਫਰਕ ਹੈ ਔਰ ਹਮੇਸ਼ਾ ਹੋਣਗੀਆਂ ਲੇਕਿਨ ਉਹ ਇਹ ਗੱਲ ਆ ਗਈ ਕਿ ਇੱਕ ਦੂਜੇ ਨਾਲ ਜਿਵੇਂ ਸਾਡੀ ਨੇ ਕਿਹਾ ਅਗਰ ਰੂਮਮੇਟ ਨਾਲ ਵੀ ਤੁਹਾਨੂੰ ਕੰਪਰੋਮਾਈਜ਼ ਕਰਨਾ ਪੈਂਦਾ ਐਡਜਸਟ ਕਰਨਾ ਪੈਂਦਾ ਸੋ ਇਸ ਫੈਮਿਲੀ ਇਜ਼ ਆਲਵੇਜ਼ ਅਬਾਊਟ ਐਡਜਸਟਿੰਗ ਔਰ ਕੰਪਰੋਮਾਈਜ਼ਿੰਗ ਈਚ ਅਦਰ ਰਾਈਟ ਸੋ ਹੁਣ ਆਪਾਂ ਸ਼ੋ ਖਤਮ ਕਰਨ ਤੋਂ ਪਹਿਲਾਂ ਫੇਰ ਦੱਸਾਂਗੇ ਫੈਫਸਾ ਦਾ ਕੀ ਹੈਗਾ ਸੋ ਫੈਫਸਾ ਇਹਦੇ ਇਹ ਆ ਵੀ ਵਾਂਟ ਯੂ ਫਾਈਲ ਯੋਰ ਟੈਕਸਿਸ ਵਿਦ ਯੋਰ ਪੇਰੈਂਟਸ ਫਾਈਲ ਕਰਦੇ ਨੇ ਤੁਸੀਂ ਇਮੀਡੀਏਟਲੀ ਉਹ ਐਪਲੀਕੇਸ਼ਨ ਭੇਜ ਦਿਓ ਫੈਡਰਲ ਗਵਰਨਮੈਂਟ ਨੂੰ ਐਂਡ ਇਨ ਅਬਾਊਟ ਅ ਵੀਕ ਔਰ ਟੂ ਉਹ ਵਾਪਸ ਉਹ ਸਟੇਟਮੈਂਟ ਦਿੰਦੀ ਆ ਵੀ ਤੁਹਾਨੂੰ ਇੰਨੇ ਪੈਸੇ ਲੋਨ ਦੇ ਵਿੱਚ ਮਿਲਦੇ ਨੇ ਐਂਡ ਇੰਨੇ ਪੈਸੇ ਗ੍ਰਾਂਟ ਦੇ ਵਿੱਚ ਐਂਡ ਸੋ ਅ ਲੋਟ ਆਫ ਪੀਪਲ ਅਪਲਾਈ ਨਹੀਂ ਕਰਦੇ ਬਿਕੋਜ਼ ਉਹਨਾਂ ਦੇ ਇਨਕਮ ਜ਼ਿਆਦਾ ਹੈ ਰਾਈਟ ਬਟ ਦ ਥਿੰਗ ਇਜ਼ ਲਾਈਕ German teachers in that school the which apply no matter how rich or poor you are yes. because any money is some money yeah does that make sense yeah so lo ji isi information de naal kuch aaya kuch ja raha to mainu gal yaad aayi sher aaya sher nahi aaya par sher jo batai ek banda kehnda ke sade utthe na gujarati bade businessman ne te ek bande di ladai hui gujarati bande naal ਤੇ ਸਾਹਮਣੇ ਵਾਲਾ ਬੰਦਾ ਉਹਨੂੰ ਗਾਣਾ ਦੇਈ ਜਾ ਰਿਹਾ ਅਤੇ ਦੂਜਾ ਨਾਲ ਬੰਦਾ ਬੈਠਾ ਸੀ ਕਹਿੰਦਾ ਯਾਰ ਉਹ ਤੈਨੂੰ 15-20 ਗਾਣਾ ਕੱਢ ਗਿਆ ਤੂੰ ਉਹਨੂੰ ਕੁਛ ਕਿਹਾ ਨਹੀਂ ਕਹਿੰਦਾ ਕੁਛ ਦੇ ਕੇ ਹੀ ਗਿਆ ਲੈ ਕੇ ਤਾਂ ਨਹੀਂ ਗਿਆ ਸੋ ਇਹ ਕਿ ਜੋ ਲਾਈਫ ਤੁਹਾਨੂੰ ਦਿੰਦੀ ਹੈ ਐਕਸੈਪਟ ਕਰੋ ਜੇ ਨਹੀਂ ਪਸੰਦ ਤਾਂ ਐਡਜਸਟ ਕਰੋ ਜੋ ਮਰਜ਼ੀ ਕਰੋ ਚਿਲ ਕਰੋ ਹੈਵ ਫਨ ਇੰਜੋਏ ਔਰ ਸਾਡੇ ਜਾ ਤਿੰਨਾਂ ਤੋਂ ਜਾਣ ਲੱਗਿਆ ਸਤਿ ਸ਼੍ਰੀ ਅਕਾਲ ਰੱਬ ਰੱਖ